ਕਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ PS TET Study Notes ਤੇ ਉੱਪਰ ਜੀ ਸੋ PS TET 2 SST ਮਾਸਟਰ ਕਲਾਸਰ ਹੋ ਹਿਸਟਰੀ ਲੈਕਚਰਰ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਆਪਣਾ ਹਿਸਟਰੀ ਦਾ ਲੈਕਚਰ ਨੰਬਰ 7 ਹੈ ਜੀ ਔਰ ਇਸ ਤੋਂ ਪਹਿਲਾਂ ਕਾਫੀ ਜ਼ਿਆਦਾ ਹਿਸਟਰੀ 6 ਜੀਓਗ੍ਰਾਫੀ ਦੀਆਂ PS TET ਤੇ ਲਈ ਵੀਡੀਓ ਅਪਲੋਡ ਨੇ ਜੀ ਔਰ CDP ਦੀਆਂ ਪੰਜਾਬੀ ਪੈਡਾਗੋਜੀ ਔਰ EVS ਦੀਆਂ ਵੀਡੀਓ ਵੀ ਅਪਲੋਡ ਨੇ ਜੋ ਕਾਫੀ ਹੈਲਪਫੁਲ ਨੇ ਤੁਹਾਡੀ PS TET 1 ਔਰ 2 ਦੀ ਪ੍ਰੈਪਰੇਸ਼ਨ ਦੇ ਲਈ ਜੀ ਔਰ ਹੁਣ ਤੱਕ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮ ਨਵੇਂ ਵਿਦਿਆਰਥੀ ਜਿਹੜੇ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਵਿੱਚ ਜਾ ਕੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਉਹ ਦੇਖ ਸਕਦੇ ਨੇ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਫਰਸਟ ਕੁਐਸਚਨ ਹੈ ਜੇ ਦਾ ਆਪਣਾ ਹਮਾਇੂ ਰਾਜਗਦੀ ਤੇ ਬੈਠਾ ਸੀ ਆਪਸ਼ਨ A ਹੈ ਜੀ 1528 ਇਸਵੀ B ਹੈ ਜੀ 1530 ਇਸਵੀ ਆਪਸ਼ਨ C ਹੈ ਜੀ 1532 D ਹੈ ਜੀ 1534 ਇਸਵੀ ਜੀ ਸਹੀ ਆਨਸਰ ਹੈ ਜੀ ਆਪਸ਼ਨ B 1530 ਇਸਵੀ ਦੇ ਵਿੱਚ ਜਿਹੜਾ ਹੈ ਹਮਾਯੂ ਰਾਜਗਦੀ ਤੇ ਬੈਠਾ ਸੀ ਜੀ ਬਾਬਰ ਦਾ ਪੁੱਤਰ ਸੀ ਔਰ 1530 ਇਸਵੀ ਦੇ ਵਿੱਚ ਬਾਬਰ ਦੀ ਮੌਤ ਹੋ ਗਈ ਸੀ ਕੁਐਸਚਨ ਆ ਜਾਏ ਕਿ ਬਾਬਰ ਦੀ ਮੌਤ ਕਦੋਂ ਹੋਈ ਸੀ ਤਾਂ 1530 ਇਸਵੀ ਦੇ ਵਿੱਚ ਹੋਈ ਸੀ ਔਰ ਬਾਬਰ ਨੇ ਜਿਹੜਾ ਹੈ ਭਾਰਤ ਦੇ ਵਿੱਚ ਮੁਗਲ ਸਾਮਰਾਜ ਦੀ ਜਿਹੜੀ ਨੀ ਹੈ ਉਹ ਰੱਖੀ ਸੀ ਜੀ ਸੋ 1530 ਇਸਵੀ ਦੇ ਵਿੱਚ ਉਸ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਪੁੱਤਰ ਹਮਾਯੂ ਰਾਜਗਦੀ ਤੇ ਬੈਠਾ ਸੀ ਪਰ 1540 ਈਸਵੀ ਦੇ ਵਿੱਚ ਸ਼ੇਰ ਸ਼ਾ ਸੂਰੀ ਨੇ ਉਸ ਨੂੰ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ ਸੀ ਜੀ ਪਰ 1555 ਈਸਵੀ ਦੇ ਵਿੱਚ ਦੂਜੀ ਵਾਰ ਫੇਰ ਜਿਹੜਾ ਹੈ ਹਮਾਇੂ ਨੇ ਸ਼ੇਰ ਸ਼ਾ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸ਼ਾ ਸੂਰੀ ਨੂੰ ਹਰਾ ਕੇ ਦੁਬਾਰਾ ਦਿੱਲੀ ਤੇ ਜਿਹੜਾ ਅਧਿਕਾਰ ਹੈ ਉਹ ਕਰ ਲਿਆ ਸੀ ਔਰ 1500 ਜਿਹੜਾ ਹੈ 56 ਈਸਵੀ ਦੇ ਵਿੱਚ ਹਮਾਇੂ ਦੀ ਮੌਤ ਹੋ ਗਈ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 2 ਸ਼ੇਰ ਸ਼ਾ ਸੂਰੀ ਨੇ ਆਪਣੇ ਰਾਜ ਨੂੰ ਵੰਡਿਆ ਸੀ ਜੀ অপਸ਼ਨ A ਜੀ 25 ਪ੍ਰਾਂਤਾਂ ਵਿੱਚ B ਹੈ ਜੀ 30 ਪ੍ਰਾਂਤਾਂ ਵਿੱਚ C ਹੈ ਜੀ 55 ਪ੍ਰਾਂਤਾਂ ਦੇ ਵਿੱਚ অপਸ਼ਨ D ਹੈ ਜੀ 66 ਪ੍ਰਾਂਤਾਂ ਦੇ ਵਿੱਚ ਜੀ ਸੋ ਸ਼ੇਰ ਸ਼ਾ ਸੂਰੀ 1540 ਈਸਵੀ ਦੇ ਵਿੱਚ ਰਾਜ ਗੱਦੀ ਤੇ ਬੈਠਾ ਸੀ ਜੀ ਔਰ ਸ਼ੇਰ ਸ਼ਾ ਸੂਰੀ ਜਿਹੜਾ ਬਿਹਾਰ ਦੇ ਛੋਟੇ ਜੰਗੀਰਦਾਰ ਹੁਸੈਨ ਖਾਨ ਦਾ ਪੁੱਤਰ ਸੀ ਜੀ ਅਸਲ ਨਾਮ ਉਸ ਦਾ ਕਈ ਵਾਰੀ ਇਸ ਤੇ ਕੁਐਸਚਨ ਆ ਜਾਂਦਾ ਕਿ ਕੀ ਸੀ ਤਾਂ ਉਸ ਦਾ ਅਸਲ ਨਾਮ ਜਿਹੜਾ ਉਹ फरीद खानसी जी शेरशाह सूरी दा जी और उसने अपने और और राज ਨੂੰ ਵੰਡਿਆ ਹੋਇਆ ਸੀ ਜੀ অপਸ਼ਨ ਡੀ ਹੈ ਜੀ 66 ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ ਔਰ ਪ੍ਰਾਂਤ ਜਿਹੜੇ ਨੇ ਅੱਗੇ ਪਰਗਨਿਆਂ ਦੇ ਵਿੱਚ ਵੰਡੇ ਹੋਏ ਸੀ ਜੀ ਔਰ ਜੇਕਰ ਪੁੱਛਿਆ ਜਾਏ ਕਿ ਸ਼ੇਰशाह सूरी ਨੇ ਰਾਜ ਕਦੋਂ ਤੋਂ ਕਦੋਂ ਤੱਕ ਕੀਤਾ ਸੀ ਸਭ 1540 ਈਸਵੀ ਤੋਂ ਲੈ ਕੇ ਜਿਹੜਾ ਹੈ 45 ਤੱਕ 5 ਸਾਲ ਉਸਨੇ ਜਿਹੜਾ ਰਾਜ ਉਹ ਕੀਤਾ ਸੀ ਜੀ ਕੁਐਸਚਨ ਨੰਬਰ ਅੱਗੇ 3 ਹੈ ਜੀ ਸ਼ੇਰशाह सूरी ਨੇ ਚੌਸਾ ਅਤੇ ਕਨੌਜ ਦੇ ਯੁੱਧ ਵਿਚ ਕਿਸ ਨੂੰ ਹਰਾਇਆ ਸੀ ਜੀ অপਸ਼ਨ ਏ ਹੈ ਜੀ ਬਾਬਰ ਨੂੰ ਬੀ ਹੈ ਜੀ ਜਹਾਂਗੀਰ ਨੂੰ ਸੀ ਹੈ ਜੀ ਅਕਬਰ ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ ਜੀ ਆਨਸਰ ਆਏਗਾ অপਸ਼ਨ ਡੀ ਜੀ ਸੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਇਹਨਾਂ ਵਿੱਚੋਂ ਕੋਈ ਨਹੀਂ ਕਿਉਂਕਿ ਉਸਨੇ ਹਰਾਇਆ ਸੀ ਜੀ ਹਮਾਇੂਨ ਨੂੰ ਚੌਸਾ ਤੇ ਕਨੋਜ ਦੇ ਯੁੱਧ ਦੇ ਵਿੱਚ ਜੀ ਕੁਐਸਚਨ ਨੰਬਰ ਹੈ ਜੀ 4 ਰਾਸ਼ਟ੍ਰਕੂਟ ਵੰਸ਼ ਦਾ ਸੰਸਥਾਪਕ ਸੀ ਆਪਸ਼ਨ ਏ ਹੈ ਜੀ ਧਰੂਵ ਬੀ ਹੈ ਜੀ ਕ੍ਰਿਸ਼ਨ ਤੀਜਾ ਆਪਸ਼ਨ ਸੀ ਹੈ ਜੀ ਦੰਤੀ ਦੁਰਗ ਆਪਸ਼ਨ ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ ਸੀ ਜੀ ਸੋ ਦੰਤੀ ਦੁਰਗ ਨੇ ਜਿਹੜੀ ਹੈ ਰਾਸ਼ਟਰਕੂਟ ਵੰਸ਼ ਦੀ ਨਹੀਂ ਰੱਖੀ ਸੀ ਜੀ 742 ਈਸਵੀ ਦੇ ਵਿੱਚ ਜੀ ਜੇਕਰ ਪੁੱਛਿਆ ਜਾਏ ਕਿ ਰਾਸ਼ਟਰਕੂਟ ਤੋ ਵੰਸ਼ ਦੀ ਨੀਂਹ ਕਦੋਂ ਰੱਖੀ ਸੀ ਤਾਂ 742 ਈਸਵੀ ਦੇ ਵਿੱਚ ਦੰਤੀ ਦੁਰਗ ਦੁਆਰਾ ਰੱਖੀ ਗਈ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 5 ਹੈ ਜੀ। ਕ੍ਰਿਸ਼ਨਾ ਅਤੇ ਤੁੰਗਪਰਦਾ ਨਦੀਆਂ ਦੇ ਉੱਤਰੀ ਇਲਾਕੇ ਨੂੰ ਕਿਹਾ ਜਾਂਦਾ ਹੈ? ਆਪਸ਼ਨ A ਹੈ ਜੀ ਕ੍ਰਿਸ਼ਨਪਧਰਾ B ਹੈ ਜੀ ਅਮੋਗਵਰਸ਼ C ਹੈ ਜੀ ਭਦਰਾ D ਹੈ ਜੀ ਦक्कਨ ਜੀ। ਕ੍ਰਿਸ਼ਨਾ ਤੇ ਤੁੰਗਪਰਦਾ ਨਦੀਆਂ ਦੇ ਉੱਤਰੀ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਜੀ? ਆਨਸਰ ਆਏਗਾ ਜੀ ਆਪਸ਼ਨ D ਦक्कਨ ਕਿਹਾ ਜਾਂਦਾ ਹੈ ਜੀ ਔਰ ਦक्कਨ ਜਿਹੜਾ ਹੈ ਕ੍ਰਿਸ਼ਨਾ ਤੇ ਤੁੰਗਪੁਰ ਦਾ ਨਦੀਆਂ ਦੇ ਵਿਚਕਾਰ ਦਾ ਜਿਹੜਾ ਸਥਾਨ ਹੈ ਜਿੱਥੇ ਰਾਸ਼ਟਰਕੂਟ ਵੰਸ਼ ਦੀ ਨੀ ਰੱਖੀ ਗਈ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 6 ਹੈ ਜੀ ਗੁਰਜਰ ਪ੍ਰਤੀਹਾਰ ਸ਼ਾਸਕ ਰਾਜ ਕਰਦੇ ਸਨ ਆਪਸ਼ਨ A ਜੀ ਕਰਨਾਟਕ ਅਤੇ ਮੱਧ ਪ੍ਰਦੇਸ਼ B ਹੈ ਜੀ ਉੱਤਰ ਪ੍ਰਦੇਸ਼ C ਹੈ ਜੀ ਰਾਜਸਥਾਨ ਅਤੇ ਗੁਜਰਾਤ D ਹੈ ਜੀ ਇਨ੍ਹਾਂ ਵਿੱਚੋਂ ਕੋਈ ਨਹੀਂ ਸੋ ਇਹ ਜਿਹੜਾ ਆਪਣਾ ਟੌਪਿਕ ਹੈ ਜੀ ਨਵੇਂ ਰਾਜ ਤੇ ਰਾਜੇ ਉਸ ਤੇ ਵਿੱਚੋਂ ਕੁਐਸਚਨ ਨੇ ਸਹੀ ਆਨਸਰ ਆਏਗਾ ਆਪਸ਼ਨ ਸੀ ਜੀ ਸੋ ਗੁਰਜਰ ਪ੍ਰਤੀਹਾਰ ਸ਼ਾਸਕ ਜਿਹੜੇ ਉਹ ਰਾਜ ਕਰਦੇ ਸੀ ਜੀ Rajasthan ਤੇ Gujarat ਵਿੱਚ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 7 ਪ੍ਰਤੀਹਾਰ ਵੰਸ਼ ਦੀ ਸਥਾਪਨਾ नागभट्ट ਪਹਿਲੇ ਨੇ ਕਦੋਂ ਕੀਤੀ ਜੀ ਆਪਸ਼ਨ A ਜੀ 720 ਈ 20 ਹੈ ਜੀ 723 ਈ C ਆਪਸ਼ਨ ਹੈ ਜੀ 725 ਈ D ਆਪਸ਼ਨ ਹੈ ਜੀ 728 ਈ ਸਹੀ ਆਨਸਰ ਆਏਗਾ ਆਪਸ਼ਨ ਸੀ ਜੀ ਸੋ ਪ੍ਰਤੀਹਾਰ ਵੰਸ਼ ਦੀ ਸਥਾਪਨਾ ਕੀਤੀ ਸੀ ਨਾਗਪਟ ਪਹਿਲੇ ਨੇ ਜੀ ਔਰ ਸਥਾਪਨਾ ਇਸ ਦੀ ਕੀਤੀ ਸੀ 725 ਈਸਵੀ ਦੇ ਵਿੱਚ ਨੈਕਸਟ ਹੈ ਜੀ ਕੁਐਸਚਨ ਨੰਬਰ 8 ਗੁਰਜਰ ਪ੍ਰਤੀਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ ਆਪਸ਼ਨ A ਜੀ ਨਾਗਪਟ ਪਹਿਲਾ B ਹੈ ਨਾਗਪਟ ਦੂਜਾ C ਹੈ ਜੇ ਮਹਿਰਪੋਜ ਆਪਸ਼ਨ D ਹੈ ਜੀ ਇਨ੍ਹਾਂ ਵਿੱਚੋਂ ਕੋਈ ਨਹੀਂ ਸੋ ਗੁਰਜਰ ਪ੍ਰਤੀਹਾਰ ਵੰਸ਼ ਜੋ ਕਿ ਰਾਜਸਥਾਨ ਤੇ ਗੁਜਰਾਤ ਦੇ ਹਿੱਸਿਆਂ ਤੇ ਰਾਜ ਕਰਦਾ ਸੀ ਜੀ ਉਸ ਦਾ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ ਓ ਸੀ ਜੀ ਆਪਸ਼ਨ ਸੀ ਮਹਿਰ ਪੋਜ ਜੀ ਔਰ ਇਸ ਨੇ ਜਿਹੜਾ ਹੈ 836 ਤੋਂ ਲੈ ਕੇ 885 ਇਸਵੀ ਤੱਕ ਰਾਜ ਕੀਤਾ ਨੈਕਸਟ ਹੈ ਜੀ ਕੁਐਸਚਨ ਨੰਬਰ 9 ਜੀ ਮਹਿਰ ਭੋਜ ਨੇ ਸ਼ਾਸਨ ਕੀਤਾ ਸੋ ਆਪਾਂ ਡਿਸਕਸ ਹੀ ਕਰ ਲਿਆ ਜੀ ਆਪਸ਼ਨ ਸੀ ਸਹੀ ਆਏਗਾ 836 ਤੋਂ ਲੈ ਕੇ 885 ਇਸਵੀ ਤੱਕ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ ਔਰ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਰੱਖਣੀ ਹੈ ਕਿ ਮਹਿਰਪੋਜ ਨੇ ਜਿਹੜਾ ਹੈ ਇਹਦੇ ਸਮੇਂ ਜਿਹੜਾ ਗੁਰਜਰ ਪ੍ਰਤੀਹਾਰ ਵੰਸ਼ ਹੈ ਆਪਣੀ ਚਰਮ ਸੀਮਾ ਤੇ ਸੀ ਔਰ ਇਸਨੇ ਜਿਹੜਾ ਹੈ ਕਨੌਜ ਤੱਕ ਨੂੰ ਵੀ ਜਿੱਤ ਲਿਆ ਸੀ ਜੀ ਜੋ ਕਿ ਇੱਕ ਮਹੱਤਵਪੂਰਨ ਅਗਰ ਸੀ ਕੁਐਸਚਨ ਨੰਬਰ ਅਗੇ 10 ਹੈ ਜੀ ਪਾਲ ਵੰਸ਼ ਦੀ ਸਥਾਪਨਾ ਗੋਪਾਲ ਨੇ ਕੀਤੀ ਆਪਸ਼ਨ A ਜੀ 755 ਈਸਵੀ ਵਿੱਚ B ਹੈ ਜੀ 740 ਈਸਵੀ C ਹੈ 750 ਈਸਵੀ ਆਪਸ਼ਨ D ਹੈ ਜੀ 752 ਈਸਵੀ ਦੇ ਵਿੱਚ ਜੀ ਸੋ ਪਾਲ ਵੰਸ਼ ਦੀ ਸਥਾਪਨਾ ਗੋਪਾਲ ਨੇ ਕੀਤੀ ਸੀ ਕਦੋਂ ਕੀਤੀ ਆਪਸ਼ਨ D ਸਹੀ ਹੈ ਜੀ 752 ਈਸਵੀ ਦੇ ਵਿੱਚ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 11 ਜੀ ਪਾਲ ਸ਼ਾਸਕਾਂ ਨੇ ਰਾਜ ਕੀਤਾ ਆਪਸ਼ਨ A ਜੀ ਬੰਗਾਲ ਆਪਸ਼ਨ B ਹੈ ਜੀ ਬਿਹਾਰ ਤੇ অপশন সি ਹੈ ਝਾਰਖੰਡ অপশন ਡੀ ਹੈ ਜੀ ਉਪਰੋਕਤ ਸਾਰੇ ਖੇਤਰਾਂ ਤੇ ਜੀ ਸਹੀ ਆਨਸਰ অপশন ਡੀ ਆਏਗਾ ਜੀ ਸੋ ਉਪਰੋਕਤ ਸਾਰੇ ਖੇਤਰਾਂ ਤੇ ਪਾਲ ਵੰਸ਼ ਦੇ ਸ਼ਾਸਕਾਂ ਨੇ ਬੰਗਾਲ ਬਿਹਾਰ ਤੇ ਝਾਰਖੰਡ ਤੇ ਜਿਹੜਾ ਰਾਜ ਆ ਉਹ ਕੀਤਾ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 12 ਵਿਕਰਮਸ਼ੀਲਾ ਵਿਹਾਰ ਜੋ ਕਿ ਬਾਅਦ ਵਿੱਚ ਇੱਕ ਮਹਾਨ ਯੂਨੀਵਰਸਿਟੀ ਬਣਿਆ ਉਸ ਦੀ ਸਥਾਪਨਾ ਕਿਸ ਨੇ ਕੀਤੀ ਜੀ ਆਪਸ਼ਨ A ਹੈ ਜੀ ਗੋਪਾਲ ਆਪਸ਼ਨ B ਹੈ ਜੀ ਧਰਮਪਾਲ ਆਪਸ਼ਨ C ਹੈ ਜੀ ਮਿਹਰਪੋਜ ਆਪਸ਼ਨ D ਹੈ ਜੀ ਦੰਤੀ ਦੁਰਗ ਜੀ ਸਹੀ ਆਨਸਰ ਹੈ ਜੀ ਆਪਸ਼ਨ B ਧਰਮਪਾਲ ਨੇ ਜੀ ਸੋ ਵਿਕਰਮਸ਼ੀਲਾ ਵਿਹਾਰ ਨੇ ਸਥਾਪਨਾ ਜਿਹੜੀ ਹੈ ਉਹ ਕੀਤੀ ਸੀ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ ਜੀ ਪਾਲ ਵੰਸ਼ ਦਾ ਜਿਸ ਨੇ 770 ਈਸਵੀ ਤੋਂ 810 ਈਸਵੀ ਤੱਕ ਰਾਜ ਕੀਤਾ ਔਰ ਉਸਨੇ ਹੀ ਜਿਹੜਾ ਹੈ ਵਿਕਰਮਸ਼ੀਲਾ ਵਿਹਾਰ ਦੀ ਸਥਾਪਨਾ ਕੀਤੀ ਸੀ ਜੀ ਜੋ ਕਿ ਯੂਨੀਵਰਸਿਟੀ ਬਣਿਆ ਜੀ ਔਰ ਸਭ ਤੋਂ ਸ਼ਕਤੀਸ਼ਾਲੀ ਜੇਕਰ ਪੁੱਛਿਆ ਜਾਂਦਾ ਪਾਲ ਵੰਸ਼ ਦਾ ਤਾਂ ਉਹ ਵੀ ਧਰਮਪਾਲ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 13 ਜੀ ਪ੍ਰਸਿੱਧ ਮਹਾਬੋਧੀ ਮੰਦਿਰ ਕਿਸ ਨੇ ਬਣਵਾਇਆ ਆਪਸ਼ਨ A ਜੀ ਗੋਪਾਲ ਨੇ B ਹੈ ਜੀ ਧਰਮਪਾਲ ਨੇ C ਹੈ ਦੰਤੀ ਦੁਰਗ ਆਪਸ਼ਨ D ਹੈ ਜੀ ਦੇਵ ਪਾਲ ਸਹੀ ਆਨਸਰ ਹੈ ਜੀ অপਸ਼ਨ ਡੀ ਜੀ ਸੋ ਪਾਲ ਵੰਸ਼ ਦੇ ਸ਼ਾਸਕਾਂ ਨੇ ਹੀ ਬਣਾਇਆ ਸੀ ਜੀ ਪ੍ਰਸਿੱਧ ਮਹਾਬੋਧੀ ਮੰਦਰ ਜੋ ਕਿ ਬੋਧਗਯਾ ਦੇ ਵਿੱਚ ਹੈ ਔਰ ਦੇਵਪਾਲ ਨੇ ਉਸ ਨੂੰ ਜਿਹੜਾ ਹੈ ਬਣਵਾਇਆ ਸੀ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 14 ਜੀ ਪ੍ਰithvi ਰਾਜ ਰਸੋ ਪੁਸਤਕ ਲਿਖੀ ਆਪਸ਼ਨ ਹੈ ਜੀ ਕੋਲਨ ਟਾਡਰ ਬੀ ਹੈ ਜੀ ਗौरी शंकर ਸੀ ਹੈ ਜੀ ਚੰਦ ਬਰਦਾਈ ਆਪਸ਼ਨ ਡੀ ਹੈ ਜੀ ਉਪਰੋਕਤ ਸਾਰੇ ਤੇ ਇਸ ਕੁਐਸਚਨ ਦਾ ਆਨਸਰ ਹੈ ਜੀ অপਸ਼ਨ ਸੀ ਜੀ ਚੰਦ ਬਰਦਾਈ ਦੀ ਪ੍ਰਸਿੱਧ ਪੁਸਤਕ ਹੈ ਜੀ ਪ੍ਰਿਥਵੀ ਰਾਜ ਰਸੋ ਜੀ ਔਰ ਇਸ ਪੁਸਤਕ ਦੇ ਵਿੱਚ ਜਿਹੜਾ ਹੈ ਚੰਦ ਬਰਦਾਈ ਨੇ ਦੱਸਿਆ ਕਿ ਜਿਹੜੀ ਰਾਜਪੂਤਾਂ ਦੀ ਉਤਪਤੀ ਹੈ ਉਤਪੱਤੀ ਹੈ ਉਹ ਅਗਨੀ ਕੁੱਲ ਤੋਂ ਹੋਈ ਹੈ ਕਿਸ ਤੋਂ ਹੋਈ ਹੈ ਅਗਨੀ ਕੁੱਲ ਤੋਂ ਜੀ ਕਵੈਸਚਨ ਇਹ ਵੀ ਆ ਸਕਦਾ ਹੈ ਕਿ ਕਿਸ ਦੇ ਅਨੁਸਾਰ ਜਿਹੜਾ ਹੈ ਰਾਜਪੂਤਾਂ ਦੀ ਜਿਹੜੀ ਉਤਪਤੀ ਹੈ ਅਗਨੀਕੁੱਲ ਤੋਂ ਹੋਈ ਹੈ ਤਾਂ ਚੰਦਬਰਦਈ ਦੇ ਅਨੁਸਾਰ ਜਿਹੜੀ ਰਾਜਪੂਤਾਂ ਦੀ ਉਤਪਤੀ ਹੈ ਉਹ ਅਗਨੀਕੁੱਲ ਤੋਂ ਹੋਈ ਹੈ ਨੈਕਸਟ ਹੈ ਕੁਐਸਚਨ ਨੰਬਰ 15 ਜੀ ਕਿਸ ਇਤਿਹਾਸਕਾਰ ਅਨੁਸਾਰ ਰਾਜਪੂਤ ਮੱਧ ਏਸ਼ੀਆ ਦੇ ਕਬੀਲਿਆਂ ਦੀ ਸੰਤਾਨ ਹਨ ਆਪਸ਼ਨ A ਜੀ ਗੌਰੀ ਸ਼ੰਕਰ B ਹੈ ਚੰਦਬਰਦਈ C ਹੈ ਵੈਦਵਿਆਸ D ਹੈ ਜੀ ਕੋਲਨ ਟੋਡਰ ਜੀ ਸਹੀ ਆਨਸਰ ਆਪਸ਼ਨ D ਜੀ ਸੋ ਕੋਲਨ ਟੋਡਰ ਦੇ ਅਨੁਸਾਰ ਜਿਹੜਾ ਰਾਜਪੂਤਾਂ ਦੀ ਉਤਪਤੀ ਹੈ ਜਾਂ ਰਾਜਪੂਤ ਜਿਹੜੇ ਨੇ ਉਹ ਮੱਧ ਏਸ਼ੀਆ ਦੇ ਕਬੀਲਿਆਂ ਦੀ ਸੰਤਾਨ ਨੇ ਸੋ ਇਹਦੀ ਉਤਪਤੀ ਰਾਜਪੂਤਾਂ ਦੀ ਉਤਪਤੀ ਦੇ ਨਾਲ ਰਿਲੇਟਡ ਕੁਐਸਚਨ ਆ ਸਕਦਾ ਜਿਸ ਤੇ ਵਿੱਚ ਰਾਜਪੂਤਾਂ ਦੀ ਉਤਪਤੀ ਬਾਰੇ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਨੇ ਜੀ Rajasthan ਦਾ ਇਤਿਹਾਸਕਾਰ ਹੈ ਜੀ ਕੋਲਨ ਟੋਡਰ ਜਿਸ ਦੇ ਅਨੁਸਾਰ ਰਾਜਪੂਤ ਮੱਧ ਏਸ਼ੀਆ ਦੇ ਕਬੀਲਿਆਂ ਦੀ ਸੰਤਾਨ ਨੇ ਜੋ ਹੂਨਾਂ ਦੇ ਹਮਲਿਆਂ ਪਿੱਛੋਂ ਭਾਰਤ ਦੇ ਵਿੱਚ ਵਸ ਗਏ ਜੀ ਜਿਹੜੇ ਵੇਦ ਵਿਆਸ ਤੇ ਗौरी शंकर ਔਜਾ ਵਰਗੇ ਇਤਿਹਾਸਕਾਰ ਨੇ ਸੋ ਉਹਨਾਂ ਦਾ ਵਿਚਾਰ ਹੈ ਕਿ ਰਾਜਪੂਤ ਪ੍ਰਚੀਨ ਕਸ਼ਤਰੀ ਜਾਤੀ ਦੀ ਸੰਤਾਨ ਹਨ ਔਰ ਚੰ드ਬਰਦਈ ਦੇ ਅਨੁਸਾਰ ਜਿਹੜਾ ਰਾਜਪੂਤਾਂ ਦੀ ਉਤਪਤੀ ਹੈ ਉਹ ਅਗਨੀਕੁਲ ਤੋਂ ਹੋਈ ਜੀ ਬਹੁਤ ਇੰਪੋਰਟੈਂਟ ਚੀਜ਼ ਹੈ ਨੋਟ ਕਰ ਲਿਓ ਜੀ ਕੁਐਸਚਨ ਨੰਬਰ ਅੱਗੇ 16 ਜੀ ਤਰਾਇਨ ਦੀ ਦੂਜੀ ਲੜਾਈ ਹੋਈ ਆਪਸ਼ਨ A ਜੀ 1191 ਦੇ ਵਿੱਚ B ਹੈ 1192 C ਹੈ 1193 D ਹੈ ਜੀ 1194 ਇੰਪੋਰਟੈਂਟ ਨੇ ਜੀ ਤਰਾਇਨ ਦੀਆਂ ਦੋਨੋਂ ਲੜਾਈਆਂ ਸੋ ਜਿਹੜੀ ਦੂਸਰੀ ਲੜਾਈ ਹੋਈ ਸੀ ਜੀ অপশন বি ਦੀ 1192 ਦੇ ਵਿੱਚ ਹੋਈ ਕਿਸ ਕਿਸ ਦੇ ਵਿਚਕਾਰ ਸੀ ਤਰਾਇਨ ਦੀ ਲੜਾਈ ਤਰਾਇਨ ਦੇ ਦੋਨੋਂ ਜਿਹੜੇ ਯੁੱਧ ਨੇ ਉਹ ਪ੍ਰਿਥਵੀ ਰਾਜ ਚੋਹਾਨ ਤੇ ਮੁਹੰਮਦ ਗੋਰੀ ਦੇ ਵਿਚਕਾਰ ਹੋਈ ਸੀ 1191 ਈਸਵੀ ਦੇ ਵਿੱਚ ਜਿਹੜਾ ਹੈ ਮੁਹੰਮਦ ਗੋਰੀ ਨੂੰ ਪ੍ਰਿਥਵੀ ਰਾਜ ਚੋਹਾਨ ਨੇ ਹਰਾਇਆ ਸੀ ਪਰ 92 ਦੇ ਵਿੱਚ ਉਹ ਜਿਹੜਾ ਮੁਹੰਮਦ ਗੋਰੀ ਤੋਂ ਹਾਰ ਗਿਆ ਸੀ ਕਵੈਸਚਨ ਨੰਬਰ 17 ਜੀ ਕਿਸ ਕਾਲ ਨੂੰ ਰਾਜਪੂਤ ਕਾਲ ਜਿਹੜਾ ਕਿਹਾ ਜਾਂਦਾ ਹੈ ਜੀ অপਸ਼ਨ A ਜੀ 6ਵੀਂ ਤੋਂ 12ਵੀਂ ਸਦੀ ਵਿਚਕਾਰ B ਹੈ ਜੀ 7ਵੀਂ ਤੋਂ 13ਵੀਂ ਸਦੀ C অপਸ਼ਨ ਹੈ 8ਵੀਂ ਤੋਂ 13ਵੀਂ ਸਦੀ D ਹੈ ਜੀ 9ਵੀਂ ਤੋਂ 13ਵੀਂ ਸਦੀ ਜੀ ਸਹੀ ਆਨਸਰ ਹੈ ਜੀ অপਸ਼ਨ C ਜੀ ਸੋ ਇਤਿਹਾਸਕਾਰ ਜਿਹੜੇ ਨੇ 8ਵੀਂ ਤੋਂ 13ਵੀਂ ਸਦੀ ਹੈ ਜਿਹੜੀ ਉਸ ਨੂੰ ਰਾਜਪੂਤ ਕਾਲ ਕਹਿੰਦੇ ਨੇ ਜੀ ਔਰ ਕਿਉਂਕਿ ਜਿਹੜਾ ਇਸ ਕਾਲ ਦੇ ਦੌਰਾਨ ਬਹੁ ਗਿਣਤੀ ਰਾਜਪੂਤ ਰਾਜ ਜਿਹੜੇ ਨੇ ਉਹ ਸਥਾਪਿਤ ਹੋਏ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 18 महमूद ਗਜਨਵੀ ਨੇ ਭਾਰਤ ਤੇ ਹਮਲੇ ਕੀਤੇ ਉਹ ਫਿਰ ਜੀ 15 ਬੀ ਹੈ 18 ਸੀ ਹੈ 14 ਡੀ ਹੈ ਜੀ 17 महमूद ਗਜਨਵੀ ਗਜਨੀ ਦਾ ਸ਼ਾਸਕ ਸੀ ਜੀ ਜੋ ਕਿ ਹੁਣ ਅਫਗਾਨਿਸਤਾਨ ਦੇ ਵਿੱਚ ਹੈ ਔਰ ਉਸ ਨੇ ਇੱਕ 1001 ਈਸਵੀ ਤੋਂ ਲੈ ਕੇ 1001 ਤੋਂ 1025 ਤੱਕ ਹਮਲੇ ਕੀਤੇ ਸੀ ਜੀ 17 ਆਪਸ਼ਨ ਡੀ ਜਿਹੜਾ ਸਹੀ ਆਨਸਰ ਹੈ ਨੈਕਸਟ ਹੈ ਜੀ ਕੁਐਸਚਨ ਨੰਬਰ 19 ਸੋਮਨਾਥ ਦੇ ਮੰਦਿਰ ਤੇ ਹਮਲਾ ਮਹਿਮੂਦ ਗਜ਼ਨਵੀ ਨੇ ਕਦੋਂ ਕੀਤਾ ਜੀ ਆਪਸ਼ਨ ਹੈ ਜੀ 1014 ਬੀ ਹੈ 1015 ਸੀ ਹੈ 1021 ਡੀ ਆਪਸ਼ਨ ਹੈ ਜੀ 1025 ਜੀ ਸਹੀ ਆਨਸਰ ਹੈ অপਸ਼ਨ D ਜੀ 1025 ਈਸਵੀ ਦੇ ਵਿੱਚ ਜਿਹੜਾ ਸੋਮਨਾਥ ਦੇ ਪ੍ਰਸਿੱਧ ਮੰਦਿਰ ਤੇ ਹਮਲਾ ਬਹੁਤ ਇੰਪੋਰਟੈਂਟ ਹੈ ਜੀ ਬਹੁਤ ਵਾਰ ਰਿਪੀਟਡ ਕੁਐਸਚਨ ਹੈ ਕਈ ਐਗਜ਼ਾਮ ਦਾ ਸੋ 1025 ਦੇ ਵਿੱਚ ਬਹਿਮੂਦ ਗਜ਼ਨਵੀ ਨੇ ਕਾਠੀਆਵਾਰਡ ਦੇ ਵਿੱਚ ਹੈ ਜੀ ਸਭ ਤੋਂ ਪਵਿੱਤਰ ਸਥਾਨ ਹੈ ਜੀ ਔਰ ਸਭ ਤੋਂ ਅਮੀਰ ਸੀ ਉਸ ਸਮੇਂ ਦਾ ਸੋਮਨਾਥ ਦਾ ਮੰਦਿਰ ਜੀ ਸੋ ਇਸ ਮੰਦਿਰ ਦੇ ਵਿੱਚ ਜਿਆਦਾ ਧਨ ਹੋਣ ਕਰਕੇ ਸੰਸਾਰ ਭਰ ਪ੍ਰਸਿੱਧ ਸੀ ਸੋ ਇਸ ਮੰਦਿਰ ਨੂੰ ਲੁੱਟਣ ਤੇ ਤਬਾਹ ਲੁੱਟ ਕੇ ਜਿਹੜਾ ਹੈ ਤਬਾਹ ਕਰਤਾ ਸੀ ਮਹਿਮੂਦ ਗਜ਼ਨਵੀ ਨੇ ਔਰ ਸੈਂਕੜੇ ਮਨ ਜਿਹੜਾ ਸੋਨਾ ਚਾਂਦੀ ਤੇ ਗਹਿਣੇ ਉਹ ਆਪਣੇ ਨਾਲ ਗਜ਼ਨਵੀ ਲੈ ਗਿਆ ਸੀ ਔਰ ਮਹਿਮੂਦ ਗਜ਼ਨਵੀ ਦੀ ਇਸ ਜਿੱਤ ਕਰਕੇ ਜਿਹੜਾ ਖਲੀਫਾ ਨੇ ਉਸ ਨੂੰ ਸਨਮਾਨਤ ਵੀ ਕੀਤਾ ਸੀ ਔਰ 1030 ਦੇ ਵਿੱਚ ਜਿਹੜੇ ਹੈ ਮਹਿਮੂਦ ਗਜ਼ਨਵੀ ਦੀ ਮੌਤ ਹੋ ਗਈ ਸੀ ਕੁਐਸਚਨ ਨੰਬਰ ਵੀ ਹੈ ਜੀ ਚੰਦਵਾੜਾ ਦੀ ਲੜਾਈ ਮੁਹੰਮਦ ਗੋਰੀਏ ਤੇ ਕਨੌਜ ਦੇ ਰਾਜਾ ਜੈ ਚੰਦ ਵਿਚਕਾਰ ਹੋਈ ਸੀ ਜੀ ਕਦੋਂ ਹੋਈ 옵ਸ਼ਨ এ ਜੀ 1191 b ਹੈ 12 1192 c ਹੈ 1194 d 옵ਸ਼ਨ এ ਜੀ 1196 ਇਸ ਵੀ ਦੇ ਵਿੱਚ ਸਹੀ ਆਨਸਰ ਹੈ ਜੀ 옵ਸ਼ਨ c ਜੀ so, ਸੋ 1194 ਸੀ ਦੇ ਵਿੱਚ ਚੰਦਵਾੜਾ ਦੀ ਲੜਾਈ ਹੋਈ ਸੀ ਜੀ ਮਹਿਮੂਦ ਮੁਹੰਮਦ ਗੋਰੀ ਤੇ ਕਨੌਜ ਦੇ ਰਾਜਾ ਜੈ ਚੰਦ ਦੇ ਵਿਚਕਾਰ ਜਿਸ ਦੇ ਵਿੱਚ ਮੁਹੰਮਦ ਗੋਰੀ ਨੇ ਚੰਦਵਾੜਾ ਨੂੰ ਜਿਹੜਾ ਹੈ ਜੈ ਚੰਦ ਨੂੰ ਹਰਾ ਦਿੱਤਾ ਸੀ ਜੀ ਔਰ ਬਾਅਦ ਵਿੱਚ ਉਸ ਦੀ ਫੌਜ ਨੇ ਸਾਰੇ ਗੰਗਾ ਜਮਨਾ ਦਵਾਬ ਤੇ ਕਬਜ਼ਾ ਕਰ ਲਿਆ ਸੀ ਔਰ ਜਲਦੀ ਉਸ ਨੇ ਭਾਰਤ ਵਿੱਚ ਇੱਕ ਵਿਸ਼ਾਲ ਸਾਮਰਾਜ ਜਿਹੜਾ ਸਥਾਪਿਤ ਕਰ ਲਿਆ ਸੀ ਜੀ ਸੋ ਉਹ ਭਾਰਤ ਵਿੱਚ ਤੁਰਕ ਸਾਮਰਾਜ ਦਾ ਅਸਲ ਸੰਸਥਾਪਕ ਸੀ ਜੀ ਮੁਹੰਮਦ ਗੋਰੀ ਸੋ ਇਹ ਸੀ ਜੀ ਅੱਜ ਦੀ ਆਪਣੀ ਕਲਾਸ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦੇਣਾ ਜੀ ਸੋ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਆਉਣ ਵਾਲੀ ਵੀਡੀਓ ਦੀ ਅਪਡੇਟ ਜਿਹੜੀ ਤੁਹਾਨੂੰ ਉਹ ਮਿਲਦੀ ਰਹੇ ਜੀ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ